ਫਿਰੋਜ਼ਪੁਰ ਨੂੰ ਸ਼ਹੀਦਾਂ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ ਪਰ ਹੁਣ ਸ਼ਹਿਰ ਦੇ ਹਾਲਾਤ ਇਦਾਂ ਦੇ ਬਣ ਚੁੱਕੇ ਹਨ ਕਿ ਹੁਣ ਫਿਰੋਜ਼ਪੁਰ ਨੂੰ ਕ੍ਰਾਈਮ ਸਿਟੀ ਵਜੋਂ ਜਾਣਿਆ ਜਾ ਰਿਹਾ ਹੈ ਕਿਉਂਕਿ ਸ਼ਹਿਰ ਵਿੱਚ ਕ੍ਰਾਈਮ ਇਸ ਕਦਰ ਵੱਧ ਗਿਆ ਹੈ ਕਿ ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਰਹੀਆਂ ਹਨ ਰਾਜਾਂ ਦੀਆਂ ਔਰਤਾਂ ਕੋਲੋਂ ਸ਼ਰਿਆਮ ਚੈਨੀਆਂ ਅਤੇ ਪਰਸ ਖੋਏ ਜਾ ਰਹੇ ਹਨ ਹੁਣ ਤਾਂ ਲੋਕਾਂ ਦੇ ਘਰ ਵੀ ਸੇਫ ਨਹੀਂ ਰਹੇ ਅਤੇ ਪੁਲਿਸ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਦਾਅਵੇ ਕਰਦੀ ਨਹੀਂ ਥੱਕ ਰਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਦੇ ਮੱਖੂ ਗੇਟ ਤੋਂ ਜਿੱਥੇ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਦੇ ਘਰ ਦਿਨ ਦਿਹਾੜੇ ਚੋਰਾਂ ਨੇ ਦਾਵਾ ਬੋਲ ਦਿੱਤਾ ਇਸ ਸੰਬੰਧੀ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਨੇ ਕੀ ਦੱਸਿਆ ਆਓ ਤੁਹਾਨੂੰ ਸੁਣਾ ਦਿੰਨੇ ਆ ਇਹ ਮੱਖੂ ਗੇਟ ਦੀ ਗਲੀ ਨੰਬਰ 1 ਹੈ ਜੀ ਔਰ ਬੜਾ ਅਨਫੋਰਚੂਨੇਟ ਆ ਦੇਖੋ ਦਿਨ ਦਿਹਾੜੇ ਮਤਲਬ ਹੁਣ ਰਾਈਟ ਨਾਓ 4:30 ਹੋਏ ਆ 3:30 ਤੋਂ 4 ਵਜੇ ਦੇ ਦਰਮਿਆਨ ਅਸੀਂ 2 ਦਿਨ ਤੋਂ ਬਾਹਰ ਸੀਗੇ ਔਰ ਆ ਕੇ ਦਰਵਾਜ਼ਾ ਖੋਲਿਆ ਘਰ ਦਾ ਮੇਨ ਗੇਟ ਤੇ ਅੰਦਰਲਾ ਲੌਕ ਟੁੱਟਾ ਹੋਇਆ ਸੀਗਾ ਮੇਰਾ ਜਿਹੜਾ ਨਾਲ ਦਾ ਸਾਥੀ ਆ ਉਹ ਅੰਦਰ ਐਂਟਰ ਕੀਤਾ ਔਰ ਮੇਰੇ ਕੋਲੋਂ ਹੀ ਇੱਕ ਲੜਕਾ ਦੌੜ ਕੇ ਜਿਹੜਾ ਚਲਾ ਗਿਆ ਹੁਣ ਪ੍ਰਮਾਤਮਾ ਜਾਣੇ ਉਹ 2 ਜਣੇ ਸੀ ਜਾਂ 3 ਜਣੇ ਸੀ ਕਿਉਂਕਿ ਇੱਕ ਹੀ ਚੱਪਲਾਂ ਦਾ ਜੋੜਾ ਇੱਥੇ ਪਿਆ ਇੱਕ ਉਹਨਾਂ ਦਾ ਬੈਗ ਪਿਆ ਜਿਹਦੇ ਚ ਟੂਟੀਆਂ ਤੇ ਹੋਰ ਅੰਦਰੋਂ ਭਾਂਡੇ ਵਗੈਰਾ ਔਰ ਅੰਦਰ ਸਾਰਾ ਕੱਲੀ ਕੱਲੀ ਚੀਜ਼ ਦਾ ਖਲਾਰਾ ਪਾਇਆ ਹੋਇਆ ਔਰ ਚੱਕਣ ਚਕਾਉਣ ਨੂੰ ਤਾਂ ਇੱਥੇ ਕੋਈ ਹੈ ਨਹੀਂ ਸੀ ਕਿ ਅਸੀਂ ਐਵੇਂ ਝੂਠ ਬੋਲਦੀ ਵੀ ਇੰਨਾ ਪੈਸਾ ਲੈ ਗਏ ਇੰਨਾ ਫਲਾਂ ਚੀਜ਼ਾਂ ਲੈ ਗਏ ਕਿਉਂਕਿ ਇਹ ਜਿਹੜਾ ਓਨਰਸ ਹੈਗਾ ਇੱਕ ਕਮਰੇ ਦਾ ਉਹਨਾਂ ਕੋਲੇ ਸੀਗਾ ਬਿਲਕੁਲ ਲੌਕ ਸੀ ਉਹਦੇ ਚ ਕੀ ਸਮਾਨ ਸੀ ਕਿਉਂਕਿ ਸੇਫ ਵਗੈਰਾ ਵੀ ਟੁੱਟਿਆ ਹੋਇਆ ਇਹ ਤਾਂ ਹੁਣ ਉਹਨਾਂ ਤੋਂ ਪੁੱਛ ਕੇ ਦੱਸਿਆ ਜਾ ਸਕਦਾ ਸਾਡੇ ਦੇਖਣ 'ਚ ਕਿਉਂਕਿ ਸਾਡਾ ਇੱਥੇ ਕੋਈ ਜ਼ਿਆਦਾ ਇੰਪੋਰਟੈਂਟ ਸਮਾਨ ਹੁੰਦਾ ਨਹੀਂ ਅਸੀਂ ਜਸਟ ਆਪਣੇ ਬੈਠਣ ਉੱਠਣ ਵਾਸਤੇ ਜਾਂ ਐਮਰਜੈਂਸੀ ਜਦੋਂ ਕਿਤੇ ਸਾਨੂੰ ਰਾਤ ਸੋਸ਼ਲ ਕਿਉਂਕਿ ਸਾਰਾ ਸ਼ਹਿਰ ਸਾਰਾ ਇਲਾਕਾ ਜਾਣਦਾ ਕਿ ਅਸੀਂ ਸੋਸ਼ਲ ਕੰਮ ਕਰਦੇ ਹਾਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹਾਂ ਅਸੀਂ ਜਸਟ ਆਪਣੇ ਆਪ ਨੂੰ ਅਕੋਮੋਡੇਟ ਵੇਲੇ ਕਵੇਲੇ ਕਰਨ ਵਾਸਤੇ ਘਰ ਲਿਆ ਹੋਇਆ ਸੀਗਾ ਔਰ ਇਹ ਸਾਰੀ ਜਿਹੜੀ ਗਲੀ ਜਾਂ ਸਾਰੇ ਏਰੀਏ ਨੂੰ ਪਤਾ ਕਿ ਅਸੀਂ ਇੱਥੇ ਰਹਿੰਦੇ ਹਾਂ ਔਰ ਅਮਨ ਅਮਾਨ ਦੇ ਨਾਲ ਔਰ ਮਤਲਬ ਚਿੱਟੇ ਦਿਨ ਤੁਸੀਂ ਦੇਖੋ ਔਰ ਪੁਲਿਸ ਮੁਲਾਜ਼ਮ ਆਏ ਸੀ ਉਹ ਮੌਕਾ ਦੇਖ ਕੇ ਤੇ ਚਲੇ ਗਏ ਔਰ ਇੱਥੇ ਬਲੱਡ ਸਟੇਨਸ ਨੇ ਉਹਦੇ ਹੱਥ 'ਚ ਇੱਕ ਲੜਕੇ ਦੇ ਜਿਹੜਾ ਹੈਗਾ ਲਹੂ ਨਿਕਲ ਰਿਹਾ ਸੀਗਾ ਜਦੋਂ ਭੱਜਿਆ ਇਧਰੋਂ ਔਰ ਬਾਕੀ ਕਿੰਨੇ ਸਾਥੀ ਸੀ ਉਹਨੂੰ ਸਾਡੇ ਧਿਆਨ 'ਚ ਨਹੀਂ 2 ਸੀ 3 ਸੀ 4 ਸੀ ਔਰ ਅੰਦਰ ਜਿੰਨਾ ਖਲਾਰਾ ਆ ਉਹ ਘੱਟੋ ਘੱਟ ਅੱਧੇ ਪੌਣੇ ਘੰਟੇ ਦੀ ਐਕਟੀਵਿਟੀ ਹੈ ਇਸ ਤੋਂ ਵੀ ਜ਼ਿਆਦਾ ਹੀ ਹੋ ਸਕਦਾ ਕਿਉਂਕਿ ਮਤਲਬ ਜਿਹੜੇ ਸਾਰੇ ਸਾਥੀ ਮੌਜੇ 'ਚ ਖੜੇ ਨੇ ਉਮਰ 'ਚ ਵੱਡੇ ਉਹ ਕਹਿੰਦੇ ਘੱਟੋ ਘੱਟ 2 ਘੰਟਿਆਂ ਦਾ ਕੰਮ ਹੈ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਦੇ ਸਾਥੀ ਤਜਿੰਦਰ ਸਿੰਘ ਨੇ ਦੱਸਿਆ ਕਿ ਬੇਸ਼ੱਕ ਉਹਨਾਂ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਪਰ ਜੋ ਵੀ ਸਮਾਨ ਤੋੜਿਆ ਗਿਆ ਉਸ ਦੀ ਕੀਮਤ ਕਰੀਬਨ 50,000 ਦੇ ਕਰੀਬ ਹੈ ਉਹਨਾਂ ਨੇ ਕਿਹਾ ਹੈ ਕਿ ਪੁਲਿਸ ਇਸ ਨੂੰ ਹਲਕੇ ਵਿੱਚ ਲੈਂਦੀ ਦਿਖਾਈ ਦੇ ਰਹੀ ਹੈ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਪੁਲਿਸ ਚੋਰੀ ਦੀਆਂ ਵਾਰਦਾਤਾਂ ਨੂੰ ਖੁਦ ਬੜਾਵਾ ਦੇ ਰਹੀ ਹੈ ਮੇਰਾ ਨਾਮ ਤਜਿੰਦਰ ਸਿੰਘ ਹੈ ਜੀ ਗੱਲਬਾਤ ਇੱਦਾਂ ਜੀ ਆ ਹੁਣੇ ਘੰਟਾ ਕੁ ਪਹਿਲਾਂ ਇੱਕ ਵਾਕਿਆ ਹੋਇਆ ਕੋਠੀ ਸਾਡੇ ਕੋਲ ਸੀ ਅਸੀਂ ਰਹਿ ਰਹੇ ਸੀ ਕੋਠੀ 'ਚ 2-3 ਦਿਨ ਬਾਹਰ ਸੀਗੇ ਅਤੇ ਦਿਨ ਦਿਹਾੜੇ ਦੇਖੋ ਜੀ ਲੁੱਟਾਂ ਚੋਰੀਆਂ ਹੋ ਰਹੀਆਂ ਨੇ ਤੁਸੀਂ ਦੇਖ ਹੀ ਲਿਆ ਅੰਦਰ ਸਾਰਾ ਕੁਛ ਕਵਰ ਕਰ ਲਿਆ ਜੇ ਨਹੀਂ ਵੀ ਕਰ ਸਕੇ ਤਾਂ ਕਰੋ ਜੀ ਦੇਖੋ ਅਤੇ ਸਾਨੂੰ ਤਾਂ ਕਹਿਣ ਲੱਗਿਆ ਸ਼ਰਮ ਆਉਂਦੀ ਆ ਵੀ ਸ਼ਹਿਰ ਦਾ ਲਾ ਐਂਡ ਆਰਡਰ ਪੁਲਿਸ ਕਿਹੋ ਜਿਹੀ ਆ 2 ਹਫ਼ਤਿਆਂ ਤੋਂ ਕੋਈ ਦਿਨੇ ਕੋਈ ਚੈਨੀ ਲਾ ਲੈਂਦਾ ਕੋਈ ਪਰਸ ਲਾ ਲੈਂਦਾ ਜੀ ਚਲੋ ਉਹ ਤਾਂ ਬਾਰ ਬਾਰ ਦੀ ਗੱਲ ਸੀ ਹੁਣ ਤਾਂ ਦਿਨ ਦਿਹਾੜੇ ਲੋਕ ਘਰਾਂ 'ਚ ਪੈਣ ਲੱਗ ਪਏ ਦੇਖੋ ਆਹ ਰਾੜਾ ਆਹ ਰਾੜ ਲੈ ਕੇ ਆਏ ਜੇ ਕਿਸੇ ਸਿਰ 'ਚ ਮਾਰ ਦੇਣਾ ਰਾੜ ਅਤੇ ਮੈਨੂੰ ਲੱਗਦਾ ਨੁਕਸਾਨ ਜਿਹੜਾ ਘਰ ਦਾ ਧੋਣਾ ਨਾ ਬੰਦੇ ਦਾ ਨਾਲ ਨੁਕਸਾਨ ਹੋ ਜਾਣਾ ਅਤੇ ਅਸੀਂ ਪਲੀਜ਼ ਰਿਕੁਐਸਟ ਕਰਦੇ ਹਾਂ SHO ਸਾਹਿਬ ਨੂੰ SSP ਸਾਹਿਬ ਨੂੰ ਦੇਖੋ ਇਹਨਾਂ ਨੂੰ ਨੱਥ ਪਾਓ ਨਹੀਂ ਤਾਂ ਸਾਨੂੰ ਇਹਨਾਂ ਦੇ ਖਿਲਾਫ਼ ਸੜਕਾਂ 'ਤੇ ਆਉਣਾ ਪੈਣਾ ਜੇ ਫਿਰ ਅਸੀਂ ਆਪਦੇ ਹਿਸਾਬ ਨਾਲ ਕੰਮ ਕਰਾਂਗੇ ਤਾਂ ਫਿਰ ਉਹ ਸੰਘਰਸ਼ ਕਰਨਾ ਪੈਣਾ ਸਾਨੂੰ ਉਹ ਕੰਮ ਖਰਾਬ ਹੋਊਗਾ ਤੁਸੀਂ ਪਹਿਲਾਂ ਇਸ ਸਥਿਤੀ ਨੂੰ ਸੁਧਾਰ ਲਓ ਤਾਂ ਚੰਗੀ ਗੱਲ ਹੈ ਜੀ ਤੁਸੀਂ ਦੇਖ ਰਹੇ ਹੋ ਜੀ ਆ ਦਿਨ ਦਿਹਾੜੇ ਕਿਹੜੀ ਨੱਥ ਪਾਈ ਜਾ ਰਹੀ ਹੈ ਕਿਸੇ ਦੀ ਚੈਨੀ ਲੈ ਜਾਂਦੀ ਕਿਸੇ ਦਾ ਪਰਸ ਖੋਹਿਆ ਜਾਂਦਾ ਜੀ ਕਿਸੇ ਦਾ ਕਾਪਾ ਮਾਰ ਕੇ ਮੋਬਾਈਲ ਖੋਹ ਲੈਂਦੇ ਆ ਦਿਨ ਦਿਹਾੜੇ ਕਿਸੇ ਦੀ ਦੁਕਾਨ ਨੂੰ ਅੱਗ ਲਾ ਦਿੰਦੇ ਆ ਮੈਂ ਤਾਂ ਨਹੀਂ ਜੀ ਮੰਨਦਾ ਕੋਈ ਸਿੰਘਮ ਜੇ ਸਿੰਘਮ ਵਾਲੀ ਗੱਲ ਹੋਵੇ ਤਾਂ ਆਹ ਦਿਨ ਦਿਹਾੜੇ ਲੋਕਾਂ ਦੇ ਘਰੇ ਚੋਰੀਆਂ ਨਾ ਹੋਣ ਦਿਨ ਦਿਹਾੜੇ ਹੋਈ ਇਹ ਚੋਰੀ ਨੇ ਫਿਰੋਜ਼ਪੁਰ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਆਸ-ਪਾਸ ਦੇ ਲੋਕਾਂ ਦੇ ਵਿੱਚ ਇਹ ਡਰ ਬੈਠ ਗਿਆ ਕਿ ਕਦੇ ਵੀ ਇਸ ਇਲਾਕੇ ਦੇ ਵਿੱਚ ਚੋਰੀ ਹੋ ਸਕਦੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਵੱਲੋਂ ਇਸ ਉੱਤੇ ਕੀ ਕਦਮ ਚੁੱਕੇ ਜਾਂਦੇ ਨੇ ਫਿਰੋਜ਼ਪੁਰ ਤੋਂ ਪੱਤਰਕਾਰ ਸੁਖਚੈਨ ਸਿੰਘ ਦੀ ਰਿਪੋਰਟ ਪਲੀਜ਼ ਸਬਸਕ੍ਰਾਈਬ ਆਵਰ ਚੈਨਲ ਐਂਡ ਪ੍ਰੈਸ ਦਾ ਬੈਲ ਆਈਕਨ ਤਾਂ ਕਿ ਕੋਈ ਵੀ ਨਵੀਂ ਅਪਡੇਟ ਤੁਸੀਂ ਬਿਲਕੁਲ ਵੀ ਮਿਸ ਨਾ ਕਰੋ